ਬਠਿੰਡਾ ਵਿੱਚ ਪਿਛਲੇ ਕਈ ਦਿਨਾਂ ਤੋਂ ਪੀਣ ਯੋਗ ਪਾਣੀ ਦੀ ਸਪਲਾਈ ਨਾ ਮਿਲਣ ਦੇ ਵਿਰੋਧ ਵਿੱਚ ਪਰਸਰਾਮ ਨਗਰ ਦੇ ਲੋਕਾਂ ਨੇ ਸੰਘਰਸ਼ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਵਿਜੇ ਸ਼ਰਮਾ ਦੀ ਅਗਵਾਈ ਵਿੱਚ ਅਨੋਖਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਤੇ ਵਿਅੰਗ ਕੱਸਿਆ। ਵਿਜੇ ਸ਼ਰਮਾ ਸਮੇਤ ਨਗਰ ਵਾਸੀਆਂ ਨੇ ਵੀ ਟੂਟੀਆਂ ਅੱਗੇ ਬੰਸਰੀ, ਬੀਨ ਅਤੇ ਡਮਰੂ ਵਜਾ ਕੇ ਪਾਣੀ ਆਉਣ ਦਾ ਇੰਤਜ਼ਾਰ ਕਰਦੇ ਹੋਏ ਵਿਭਾਗ ਤੇ ਨਿਸ਼ਾਨਾ ਮਿਲਿਆ। ਵਿਜੇ ਕੁਮਾਰ ਨੇ ਰੋਸ ਜਤਾਉਂਦਿਆਂ ਕਿਹਾ ਕਿ ਪਾਣੀ ਦੀ ਸਪਲਾਈ ਨਾ ਆਉਣ ਤੋਂ ਲੋਕ ਪਰੇਸ਼ਾਨ ਨੇ, ਇਸ ਲਈ ਉਹਨਾਂ ਪ੍ਰਦਰਸ਼ਨ ਦਾ ਰਾਹ ਚੁਣਿਆ। ਉਹਨਾਂ ਕਿਹਾ ਕਿ ਅਜੇ ਗਰਮੀ ਸ਼ੁਰੂ ਹੋਈ ਹੈ ਪਰ ਹੁਣੇ ਤੋਂ ਹੀ ਸਰਕਾਰ ਲੋਕਾਂ ਨੂੰ ਪਾਣੀ ਮੁਹੱਈਆ ਕਰਾਉਣ ਵਿੱਚ ਅਸਮਰਥ ਹੈ। ਜ਼ਮੀਨੀ ਪਾਣੀ ਦੀ ਸਪਲਾਈ ਦੇ ਕੇ ਲੋਕਾਂ ਨੂੰ ਬਿਮਾਰੀਆਂ ਦਿੱਤੀਆਂ ਜਾ ਰਹੀਆਂ ਨੇ। ਪਹਿਲਾਂ ਵਿਭਾਗ ਨੇ ਨਹਿਰ ਦੀ ਸਪਲਾਈ ਨਹੀਂ ਕਰਾਈ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਨੇ। ਉਹਨਾਂ ਸਰਕਾਰ ਤੋਂ ਇਸ ਸਮੱਸਿਆ ਦਾ ਪੁਖਤਾ ਹੱਲ ਕਰਨ ਦੀ ਮੰਗ ਕੀਤੀ ਹੈ, ਨਾਲ ਹੀ ਪਾਣੀ ਛੱਡਣ ਲਈ ਟਾਈਮ ਟੇਬਲ ਬਣਾਉਣ ਦੀ ਵੀ ਮੰਗ ਕੀਤੀ ਹੈ।